ਰਾਮ ਸਿੰਘ ਹੈ ਜੀ। ਬਾਬੂ ਕਿਹੜਾ ਪਿੰਡ ਹੈ? ਉਨੀ ਆ ਕੀ ਘਟਨਾ ਕੀ ਹੋਈ ਹੈ ਬਾਬੂ ਨਾਲ? ਘਟਨਾ ਤਾਂ ਕੁਛ ਹੋਈ ਨੀ, ਹੋਈ ਏਦਾਂ ਨੂੰ ਬੁਲਾਉਂਦੇ ਹੀ ਨੀ ਉਹਦੇ ਡਾਕਟਰ ਤਾਂ ਅਸੀਂ ਇੱਧਰ ਆ ਗਏ ਸੀ। ਅੱਛਾ ਜੀ। ਭਾਈ ਦਾ 1 ਲੱਖ ਰੁਪਇਆ ਲਾਇਆ ਤੇ 4 ਲੱਖ ਆ। ਮੁੰਡੇ ਨੇ ਕੁੱਟਿਆ ਤਾਂ ਕੀ ਗੱਲ ਕੀ ਹੋਈ ਕੁੱਟਣ ਵਾਲਾ? ਅੱਛਾ ਸਾਲਾ ਨਸ਼ਾ ਪੀਤਾ ਸੀ ਉਹ? ਹਾਂ ਕੀ ਪੀਤਾ ਹੋਇਆ ਸੀ? ਹੈ ਗੋਵਿੰਦਾ ਉਹ ਪਹਿਲਾਂ ਵੀ ਤੁਸੀਂ ਲੜਾਈ ਕੀਤੀ ਉਹਨਾਂ ਸਿਰੇ ਚੜੇ? ਨਹੀਂ ਅਸੀਂ ਨਹੀਂ ਕੀਤੀ। ਇੰਨਾ ਕੁੱਟਣ ਦਾ ਕਾਰਨ ਕੀ ਸੀ ਇੰਨਾ ਜਿਹੜਾ ਤੁਹਾਨੂੰ ਕੁੱਟਿਆ? ਪੈਸੇ ਕਹਾਂ ਜ਼ਮੀਨ ਦੇਣੇ ਇੱਦਾਂ ਦਾ ਹੋਵੇ ਜੋ ਅੱਛਾ ਹੋਰ ਦਾ ਹਿੱਸਾ ਦੇ ਦਾ ਉਹਦਾ। ਤੁਸੀਂ ਉਹਦੇ ਨਾਲ ਰਹਿੰਦੇ ਸੀ ਇਕੱਲਾ? ਨਹੀਂ ਮੈਂ ਤਾਂ ਇੱਧਰ ਸੀ ਮੁੰਡੇ ਨਾਲ ਸੀ। ਅੱਛਾ ਉਹ ਦੂਏ ਮੁੰਡੇ ਨੇ ਕਿੰਨੀ ਸੱਟਾਂ ਮਾਰੀਆਂ? ਉਹ ਤਾਂ ਮਰ ਗਿਆ। ਕਿੰਨੀ ਉਮਰ ਹੋਈ ਉਹਦੀ? ਉਹਦੀ ਹੋਊਗੀ 30-32 ਸਾਲ ਦੀ ਉਮਰ। ਮਾਰਿਆ ਕੀ ਹੈ? ਕੱਲ੍ਹ ਨੂੰ ਮਾਰਿਆ ਕੱਲ੍ਹ ਨੂੰ? ਸੱਭਲਣਾ ਸੱਭਲਣਾ। ਫਿਰ ਕਿੰਨੇ ਕੁ ਵਜੇ ਘਟਣਾ ਰਾਤ ਦੀ ਹੈ? 7 ਵਜੇ ਦੀ ਜੀ। ਫਿਰ ਤੁਹਾਨੂੰ ਇੱਥੇ ਕੌਣ ਲੈ ਕੇ ਆਇਆ? ਉਹ ਤੁਰੇ ਹੀ ਪੈਂਦੇ ਹਾਂ ਅਸੀਂ ਤਾਂ। ਸਮਰਾਲੀ? ਨਾ ਮੈਂ ਤਾਂ ਚੱਕ ਕੇ ਇਹਦੇ ਆਏ ਹੋਏ। ਉੱਥੇ ਚੱਕ ਕੇ ਲੈਂਦੇ? ਉਹ ਮੁੰਡਾ ਅਲੱਗ ਪੈਂਦਾ ਜੀ, ਤੁਸੀਂ ਅਲੱਗ ਪੈਂਦੇ ਜੀ? ਉਹ ਤਾਂ ਉੱਧਰ ਪੈਂਦਾ ਬਹੁਤ ਦੂਰ। ਉਸ ਟਾਈਮ ਪਹਿਲਾਂ ਤੁਹਾਡੀ ਘਰ ਵਾਲੀ ਜੀ ਡੈਥ ਹੋਈ ਸੀ, ਉਹ ਕੀ ਕਾਰਨ ਸੀ? ਉਹ ਤਾਂ ਆਪਣੇ ਸੈਕੜਾ ਬਣੀ ਹੈ ਜੀ, ਇਹਦੀ ਰਿਪੋਰਟ ਵੀ ਆ ਗਈ ਸੀ। ਅੱਛਾ ਜੀ। ਜਦੋਂ ਰਾਤ ਤੁਹਾਡੇ ਮੁੰਡੇ ਨੇ ਜਿਹੜੀ ਗੱਲ ਕਰਨਾ ਦਿੱਤੀ ਹੈ, ਕੀ ਕਹਿਣਾ ਚਾਹੁੰਦੇ ਹੋ ਅਗਲੀ ਨੂੰ? ਪੈਸਿਆਂ ਨੂੰ ਕਹਿਣਾ ਵੀ ਹੈ। ਤੁਸੀਂ ਕੀ ਚਾਹੁੰਦੇ ਹੁਣ ਕੀ ਕੀਤਾ ਜਾਵੇ? ਕਿਆ ਹੋਇਆ ਹੁਣ ਅੰਦਰ ਹੋ ਜਾਵੇ 20 ਸਾਲੀ ਗਾਇਆ ਦਾ। ਪ੍ਰਗਟ ਸਿੰਘ ਜੀ, ਪ੍ਰਗਟ ਜੀ ਰਾਤ ਤੇ ਉਰੇ ਇੱਕ ਲੜਾਈ ਹੋਈ ਹੈ, ਕੌਣ ਨੇ ਤੇ ਕਿਹੜਾ ਕਿਹੜਾ ਪਰਿਵਾਰ ਮੈਂਬਰ? ਇਹ ਜੀ ਆਸ ਵਿੱਚ ਹੀ ਪਰਿਵਾਰ ਆ। ਪਹਿਲਾਂ ਜਿਹੜਾ ਇਹਦਾ ਵੱਡਾ ਭਰਾ ਸੀ, ਇਹ ਤੋਂ ਮਾਤਾ ਦੀ ਸੱਟਾਂ ਸੁਣ ਲੱਗਣ ਕਾਰਨ ਡੈਥ ਹੋ ਗਈ ਸੀ। ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ। ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ। ਉਸ ਤੋਂ ਬਾਅਦ ਫਿਰ ਇਹ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ, ਤੇ ਹੁਣ ਸਾਨੂੰ ਵੀ ਸਵੇਰੇ ਹੀ ਪਤਾ ਲੱਗਿਆ। ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ, ਤੇ ਜਿਹੜਾ ਪਿਓ ਸੀ ਉਹ ਜ਼ਖਮੀ ਪਿਆ ਹੋਸਪਿਟਲ। ਜਿਹਨੇ ਕਤਲ ਕੀਤਾ ਸੀ ਆਪਣੀ ਮਾਂ ਦਾ ਪਹਿਲਾਂ? ਹਾਂਜੀ। ਉਹਦੀ ਡੈਥ ਹੋਈ? ਉਹਦੀ ਡੈਥ ਹੋਈ ਹੈ ਜੀ। ਕਿੰਨੀ ਕੁ ਉਮਰ ਆ ਜੀ? ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ। ਕੀ ਨਸ਼ਾ ਕਰਦੇ ਉਹਨੂੰ ਤੁਹਾਡੇ ਹਿਸਾਬ ਨਾਲ? ਬਸ ਜੀ ਜਿਹੜੇ ਪਿਓ ਪੁੱਤ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ, ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰ ਦੂਰ ਪੀ ਜਾਂਦੇ ਸੀ। ਉਮਰ ਕਿੰਨੀ ਸੀ ਛੋਟੇ ਭਾਈ ਦੀ? ਛੋਟੇ ਭਰਾ ਦੀ ਹੈਗੀ ਸੀ 30 ਤੋਂ 32-33 ਸਾਲ ਦਾ। ਉਹਨਾਂ ਵਿਆਹੇ ਹੋਏ ਸੀ? ਦੋਨੇ ਵਿਆਹੇ ਹੋਏ। ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੇ ਸੀ, ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ। ਲੋਕਾਂ ਨੇ ਬਹੁਤ ਸਮਝਾਇਆ ਹੈ ਜੀ। 6-7 ਮਹੀਨੇ ਪਹਿਲਾਂ ਆਏ। ਹਾਂਜੀ ਹਾਂਜੀ। ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ, ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ, ਪੰਚਾਇਤ ਨੇ ਸਮਝਾਇਆ। ਹਾਂਜੀ ਬਸ ਆਸ ਵਿੱਚ ਹੀ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਉਦੋਂ ਲੜਾ ਨਹੀਂ, ਉਹ ਠੀਕ ਠਾਕ ਰਹਿੰਦੇ ਸੀ। ਤਿੰਨੇ ਪਹਿਲਾਂ ਇਕੱਠੇ ਰਹਿੰਦੇ ਸੀ। ਹੁਣ ਆ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ, ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨਾਲ ਪਰੇ ਹੋ ਜਾਈਏ, ਤੇ ਉਹਦੇ ਪਤਾ ਨਹੀਂ ਕੀ ਮਨ 'ਚ ਆਇਆ ਇੱਥੇ ਆ ਕੇ ਰਾਤ ਬਾਬਾ ਇੱਥੇ ਇਹਦਾ ਪਿਓ ਉੱਥੇ ਜਿਹਦੀ ਡੈਥ ਹੋਈ ਆ, ਵੱਡੇ ਭਰਾ ਛੋਟਾ ਭਰਾ ਉਹਦੇ ਲੱਗ ਰਹਿੰਦਾ ਸੀ। ਦਾਰੂ ਤੋਂ ਇਲਾਵਾ ਵੀ ਕੋਈ ਨਸ਼ਾ ਕਰਦਾ ਸੀ? ਦਾਰੂ ਤੋਂ ਇਲਾਵਾ ਜੀ ਦੇਖੋ ਹੋਰ ਨਸ਼ੇ ਬਹੁਤ ਨੇ, ਮੈਡੀਕਲ ਨਸ਼ੇ ਹੋ ਗਏ, ਇਹਨਾਂ ਪਤਾ ਨਹੀਂ ਸੀ ਲੱਗਦਾ ਕੀ ਖਾਂਦੇ ਨੇ ਕੀ ਨਹੀਂ। ਕਹਿਣਾ ਕੀ ਚਾਹੁੰਦੇ ਪ੍ਰਸ਼ਾਸਨ? ਦੇਖੋ ਇਸ ਤਾਂ ਕਹਿੰਦੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਇਹਨਾਂ 'ਤੇ।
ਗੱਲ ਬੋਲਦਾ ਗੁਰੂ ਜੀ ਕਿ ਜਿਵੇਂ ਦੋ ਭਾਈ ਲੜਦੇ ਰਹਿੰਦੇ ਸੀ ਉਹਨਾਂ ਦੀ ਮਾਂ ਮਰਨ ਤੋਂ ਪਹਿਲਾਂ, ਹਾਂਜੀ ਉਦੋਂ ਵੀ ਲੜਦੇ ਸੀ ਕਿ ਬਾਅਦ ਲੜਨਾ ਸ਼ੁਰੂ, ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ, ਹਾਂਜੀ ਮੇਰਾ ਕਮਾਂਡ ਕਰ ਮੁੰਡਾ ਲੱਗਦਾ ਹੈ ਪਿੰਡ ਪੂਨੀਆਂ ਦੇ ਵਿਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ, ਦਲਵੀਰ ਸਿੰਘ ਦਾ, ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੱਬਲਾਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ। ਇਹ ਕੱਲ ਸ਼ਾਮ ਰਾਤ 9:30 ਦੀ ਗੱਲ ਦੱਸੋ। ਹਾਂ, ਨਸ਼ੇੜੀ ਕਿਸਮ ਦਾ ਬੰਦਾ ਤੇ ਆਪਸ ਵਿੱਚ ਵੀ ਉਹ ਬੈਠੇ ਉੱਥੇ ਸ਼ਰਾਬ ਵਗੈਰਾ ਪੀਂਦੇ ਸੀ। ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਛ ਜ਼ਮੀਨ ਲਵਾ ਦਿੱਤੀ ਸੀ, ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ, ਲੇਕਿਨ ਇਹ ਹੋਰ ਮੰਗ ਰਿਹਾ ਸੀ। ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇਵੇ। ਉਹਦਾ ਨਾਂ ਸੀਗਾ ਜਗਜੀਵਨ ਸਿੰਘ, ਉਮਰ 38 ਸਾਲ ਆ। ਬਜ਼ੁਰਗ ਦੀ ਉਮਰ 67 ਸਾਲ ਆ। ਪੋਜੀਸ਼ਨ ਠੀਕ ਹੈ, ਬਜ਼ੁਰਗ ਠੀਕ ਨੇ, ਦੂਜੇ ਜਗਜੀਵਨ ਦੀ ਤਾਂ ਡੈਥ ਹੋ ਗਈ ਸੀ। ਇਹ ਵੀ ਸੁਣਿਆ ਜਿਹੜਾ ਜੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ। ਹਾਂ, ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ, ਇਹਦੇ ਅੱਜ ਮ੍ਰਿਤਕ ਹੈ, ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ। ਦੋਵਾਂ ਭਰਾ ਦੀ ਵੀ ਪਹਿਲਾਂ ਵੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ? ਰੂਟੀਨ ਮੈਟਰ 'ਚ ਆਉਂਦੇ ਨੇ, ਸ਼ਰਾਬੀ ਕਿਸਮ ਦੇ ਆਦਮੀ ਨੇ ਦੋਵੇਂ। ਜਿਹਦੇ ਹੁਣ ਵਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਭਰਾ ਨੂੰ ਮਾਰਿਆ? ਨਾ, ਪਹਿਲਾਂ ਕੋਈ ਪਰਚਾ ਨਹੀਂ। ਹੁਣ ਉੱਤੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ? ਗ੍ਰਿਫਤਾਰ ਕਰ ਲਿਆ। ਕੀ ਮੁਕੱਦਮਾ ਦਰਜ ਹੋ ਗਿਆ ਜੀ? ਮੁਕੱਦਮਾ ਦਰਜ ਹੋ ਗਿਆ ਜੀ।